ਇੱਕ ਮੂੜਾ ਉਹ ਵਿਆਹ ਵਾਸਤੇ ਨਹੀਂ ਮੰਦਾ ਤੇ ਇੱਕ ਵਾਰੀ ਉਹਦੇ ਘਰਾਂ ਲਈ ਜ਼ਬਰਦਸਤੀ ਉਸ ਇੱਕ ਕੁੜੀ ਕੰਨੇ ਮਲਾਇਆ ਜੇਲਾ ਉਸੀ ਕੁੜੀ ਕਨੇ ਮਲਾਇਆ ਤੇ ਕੁੜੀ ਨੇ ਉਸੀ ਪੁੜੇਗੀ ਪੁੱਛਿਆ ਕਿ ਤੁਸੀਂ ਕੇ ਕੰਮ ਕਰਦੇ ਤੇ ਮੂੜਾ ਅੱਖ ਲਗਾ ਜਿਵੇਂ ਪ੍ਰਾਈਵੇਟ ਨੌਕਰੀ ਕਰਨਾ ਜੇਲਾ ਕੁੜੀ ਨੇ ਪ੍ਰਾਈਵੇਟ ਨੌਕਰੀ ਦਾ ਨਾਂ ਸੁਣਿਆ ਤੇ ਉਹ ਮੂੜੇ ਗੀ ਰਿਜੈਕਟ ਕਰੀ ਬੈਠੀ ਮੂੜੇ ਹੀ ਬੜਾ ਦੁੱਖ ਲੱਗਿਆ ਉਹਨਾਂ ਆਖਿਆ ਤੂੰ ਗਲਤ ਕਰਾਂ ਤੂੰ ਠੀਕ ਨਹੀਂ ਕਰਾਂ ਦਿਖਿਆ ਇਸੇ ਨੌਕਰੀ ਨੇ ਦੋ ਸਾਲੇ ਬਾਅਦ ਮੀਗੀ ਕੁੱਥਾ ਕੁੱਥੇ ਭਜਾਣਾ ਪਰ ਕੁੜੀ ਨੇ ਮੰਨੀ ਉਹ ਚਲੀ ਖਰ ਦੋ ਤਰਾ ਮਹੀਨੇ ਬਾਅਦ ਉਸ ਕੁੜੀ ਦਾ ਵਿਆਹ ਕੁਦਾ ਹੋ ਰਹੀ ਆ ਤੇ ਪੀ ਉਹਦੇ ਦਾਉ ਸਾਲੇ ਬਾਅਦ ਉਹ ਕੁੜੀ ਉਸ ਮੂੜੇ ਦੀ ਕੁਦਾ ਚੋਕਾ ਵਿੱਚ ਆਪਣੇ ਘਰ ਆਲੇ ਕਨੇ ਮਹਿੰਗੀ ਗੱਡੀ 'ਚ ਬੈਠੀ ਦੀ ਲੱਭੀ ਤੇ ਉਹ ਲੋ ਮੂੜਾ ਵੀ ਉਸ ਚੋਕਾ ਇੱਕ ਸਾਈਡ 'ਤੇ ਆਪਣੇ ਸਕੂਟਰ 'ਈ ਕਿੱਕਾ ਮਾਰਾ ਸਾਹ ਨਹੀਂ ਉਹ ਆ ਬਚਾਰਾ ਤੇ ਉਹ ਕੁੜੀ ਨੇ ਉਸ ਮੂੜੇ ਨੂੰ ਸਾਈਡ ਦੇਖਿਆ ਵੀ ਲੇਕਿਨ ਉਹ ਮੂੜੇ ਕੀ ਪਛਾ ਨਹੀਂ ਸਕੀ ਕਿ ਕਿਉਂਕਿ ਉਹ ਉਸ ਮੂੜੇ ਨਾਲ ਪਾਦੀ ਹੈਲਮਟ ਤੇ ਉਹ ਲੋ ਉਸ ਮੂੜੇ ਕੀ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਹੈਲਮਟ ਪਾਣਾ ਕਿੰਨਾ ਜ਼ਰੂਰੀ ਹੈ ਇੱਕ ਦਿਨ ਹੈਲਮਟ ਪਾਦੀ ਹੋ ਤਾਂ ਆਪਣੀ ਸੇਫਟੀ ਦੁਵਾ ਜੇ ਤੋ ਹੈਲਮਰ ਪਾਈਓ ਤੂੰ ਦਾ ਕੋਈ ਚਲਾਨ ਨਹੀਂ ਕੱਟੀ ਸਕਦਾ ਤਰੀਆ ਜੇ ਕੋਹ ਕੁਲਾ ਤੋ ਹੈ ਪੈਸੇ ਪੂਹੇ ਦੁਆਰੇ ਲਾਤੇ ਜੂੰਗੜੀ ਤੂੰ ਦੇ ਕੋਲਾ ਤੋ ਉਹਦੇ ਕੋਲਾ ਵੀ ਲੰਗੀ ਅੱਗੇ ਨਾ ਤੇ ਉਹਨੇ ਤੂੰ ਹੀ ਪਛਾ ਨਹੀਂ ਸਕਣਾ ਤੇ ਚੌਥਾ ਕੋਈ ਇਹ ਹੀ ਹੈ ਕੋਈ ਕੇਸ ਹੋਦਾ ਵੈ ਕੁੜੀ ਮੁੜੇ ਵਾਲਾ ਤੇ ਉੱਥੇ ਵੀ ਤੂੰ ਹੀ ਬਚ ਜਾਣਾ ਤੇ ਇਸ ਕਰੀ ਐਲਮਰ ਜ਼ਰੂਰ ਪਾਣੀ ਤੇ ਕੰਨੇ ਔਰ ਇਹ ਖਾਲੀ ਫਿਲਮੇ ਚਗਾਉਂਦਾ ਕਿ ਹੀਰੋ ਜਣਾ ਦੌ ਤਰੋਂ ਸਾਲੇ ਬਾਕਰੋੜ ਪਤੀ ਬਣੀ ਆ ਜਾਂਦਾ ਰੀਅਲ ਲਾਈਫ ਵਿੱਚ ਇੱਕ ਗਰੀਬ ਬੰਦਾ ਨਾ ਦੌ ਤਰੋਂ ਸਾਲੇ ਚ ਇੱਕ ਸਕੂਟਰ ਵੀ ਨਹੀਂ ਲੈ ਸਕਦਾ